अपने दूजे मेरे भरा ना सीगा उन्होंने अच्छा जी हां ओए उन्होंने मदद ते सीगा गुरशांत ओदी हेल्प करता काफी पुराना सी बाबा नहीं से 7-8 साल दा बाबा सी ते कोई बैठ के गलबात नहीं तो थोड़े ना करीबी है कीती कुती पर नहीं होई नहीं रावड़ा किस गल दिन लगी जमीन सी दल पे कनाल ओदे पिछे रोला पे अच्छा ते फिर इस तो बाद जेड़ा फायर कीता गया किन्ने राउंड जेड़े चले सी मैनु तो पता नहीं किन्ने गुरशांत ने थोड़े ना गल नहीं कीती भी अंक जी एदा आपा बैठ के गल कर ली कोई नहीं कट होया नहीं साडा में गलबात होई नहीं ना ते तुम्हें पता भी नहीं सी एदा मैं तो रात भटकड़ा गया ना दे बारह बार दो मर गई मैं मैलू खेड मैं तेन मारूंगा पहला उठाई मैं मदर भी सी मेरी अभी घरानी सी ओदी घरानी भी सी तने सी बच्चे है बच्चे एक बेटी है ओदी पहला ओ तो कनाडा है जी जदों जदों फायरिंग कर रहा सी ओ तो तुसी डर के फिर अंदर ही लोग गया हां ओ तो ऊपर अपना सन तो पता ही नहीं ऊपर चढ़ के आए मैं तो बाथरूम दे जंदा स्नान करन जांदा सीगा हां पजामा पजामा मैं 80% हैंडीकैप्ट हां देखो ये आ देखो मैंने इतना तक मैंने सीपे मेरा तलक ही हुई है ਮਤਲਬ ਨਹਾਉਣ ਗਿਆ ਹੋਇਆ ਸੀ ਨਹਾਉਣ ਜਾਂਦਾ ਸੀ ਮੈਨੂੰ ਭੁਗਤ ਜਾਣਾ ਸੀ ਮੈਨੂੰ ਹਾਂ ਗੱਲ ਬਸ ਪਰਿਵਾਰਕ ਮੈਂਬਰ ਰੌਲਾ ਸੀ ਕਾਰਨ ਸੀ ਕੋਈ ਜ਼ਮੀਨ ਦਾ ਰੌਲਾ ਸੀ ਕਿਹਨੇ ਚਲਾਇਆ ਫਿਰ ਗੁਰਸ਼ਰਨ ਦਾ ਰੌਲਾ ਸੀ ਹਾਂ ਸ਼ਾਂਤ ਦੇ ਨਾਲ ਆਪਣੇ ਦੂਜੇ ਮੇਰੇ ਭਰਾ ਨਾਲ ਸੀਗਾ ਉਹਨਾਂ ਨੂੰ ਅੱਛਾ ਜੀ ਹਾਂ ਇਹ ਉਹਨਾਂ ਦੀ ਮਦਦ ਤੇ ਸੀਗਾ ਗੁਰਸ਼ਾਂਤ ਉਹਦੀ ਹੈਲਪ ਕਰਦਾ ਕਾਫੀ ਪੁਰਾਣਾ ਸੀ ਬਾਬਾ ਨਹੀਂ ਸੇ 7-8 ਸਾਲ ਦਾ ਬਾਬਾ ਸੀ ਕੋਈ ਬੈ ਕੇ ਗੱਲਬਾਤ ਨਹੀਂ ਤੋਂ ਥੋੜੇ ਨਾਲ ਕਰੀਬੀ ਹੈ ਕੀਤੀ ਕੁਤੀ ਪਰ ਨਹੀਂ ਹੋਈ ਨਹੀਂ ਰਾਵੜਾ ਕਿਸ ਗੱਲ ਦਾ ਦਿਨ ਲੱਗੀ ਜਮੀਨ ਸੀ ਦਿਲ ਪੇ ਕਨਾਲ ਉਹਦੇ ਪਿੱਛੇ ਰੋਲਾ ਪਿਆ ਅੱਛਾ ਤੇ ਫਿਰ ਇਸ ਤੋਂ ਬਾਅਦ ਜਿਹੜਾ ਫਾਇਰ ਕੀਤਾ ਗਿਆ ਕਿੰਨੇ ਰਾਊਂਡ ਜਿਹੜੇ ਚੱਲੇ ਸੀ ਮੈਨੂੰ ਤਾਂ ਪਤਾ ਨਹੀਂ ਕਿੰਨੇ ਸਾਥ ਨੇ ਥੋੜੇ ਨਾਲ ਗੱਲ ਨਹੀਂ ਕੀਤੀ ਵੀ ਅੰਕ ਜੀ ਇਹਦਾ ਆਪਾਂ ਬੈ ਕੇ ਗੱਲ ਕਰ ਲਈ ਕੋਈ ਨਹੀਂ ਕੱਟ ਹੋਇਆ ਨਹੀਂ ਸਾਡਾ ਮੈਂ ਗੱਲਬਾਤ ਹੋਈ ਨਹੀਂ ਤੇ ਤੁਹਾਨੂੰ ਪਤਾ ਵੀ ਨਹੀਂ ਸੀ ਵੀ ਇਹਦਾ ਕੁਝ ਕਰ ਮੈਂ ਤਾਂ ਰਾਤ ਭਟਕੜਾ ਗਿਆ ਉਹਨਾਂ ਦੇ बारह बोर सी ਛੋਟੇ ਨਾਲ ਵੀ ਕੋਈ ਗੱਲਬਾਤ ਕਰੀ ਵੀ ਆਪਾਂ ਮੈਂ ਤਾਂ ਤੈਨੂੰ ਮਾਰੂੰਗਾ ਅੱਛਾ ਪਹਿਲਾਂ ਤੈਨੂੰ ਮਾਰੂੰਗਾ ਫਿਰ ਮੈਂ ਜ਼ਮੀਨ ਕਿੰਨੀ ਸੀ ਇਹਦਾ ਰੌਲਾ ਸੀ ਕਿੰਨੀ ਜ਼ਮੀਨ ਇਹਦਾ ਜ਼ਮੀਨ ਕੋਈ ਨਹੀਂ ਸੀ ਉਹ ਇੱਕ ਕਨਾਲ ਦਾ ਰੌਲਾ ਸੀ ਇੱਕ ਕਨਾਲ ਦਾ ਹੈ ਮੌਤ ਕਿੰਨਾਂ ਦੀ ਹੋ ਚੁੱਕੀ ਕੋਈ ਗੱਲਬਾਤ ਹੋ ਚੁੱਕੀ ਹੈ ਤੈਨੂੰ ਕਿਹਦੇ ਨਾਲ ਕਿਸੇ ਦੀ ਕੋਈ ਮੌਤ ਤਾਂ ਨਹੀਂ ਮੌਤ ਇਹ ਮੌਤ ਕਿਉਂ ਕਹਿੰਦੇ ਬਾਰਵੀਂ ਦੋ ਜਦ ਮਰ ਗਈ ਕਿਸ ਮੈਂ ਤੁਸੀਂ ਕਿੱਥੇ ਸੀ ਮੈਂ ਤਾਂ ਮੈਂ ਲੁਕ ਖੜਾ ਮੈਂ ਕਿਹਾ ਮੈਂ ਤੈਨੂੰ ਮਾਰੂੰਗਾ ਪਹਿਲਾਂ ਤੁਸੀਂ ਘਰ ਜੀ ਸੀ ਅੰਦਰ ਲੁਕੋ ਲੁਕਾ ਉਠਾਈ ਮੈਂ ਤਾਂ ਤੇ ਹੋਰ ਮਦਰ ਵੀ ਸੀ ਮਦਰ ਵੀ ਸੀ ਮੇਰੀ ਅਭੀ ਘਰਾਣੀ ਸੀਗੀ ਉਹਦੀ ਘਰਾਣੀ ਵੀ ਸੀਗੀ ਤਨੇ ਅਸੀਂ ਤੇ ਬੱਚੇ ਹੈਗੇ ਬੱਚਾ ਇੱਕ ਬੇਟੀ ਹੈ ਉਹਦੀ ਪਹਿਲਾਂ ਉਹ ਤਾਂ ਕੈਨੇਡਾ ਹੈ ਜੀ ਜਦੋਂ ਫਾਇਰਿੰਗ ਕਰ ਰਿਹਾ ਸੀ ਉਦੋਂ ਤੁਸੀਂ ਡਰ ਕੇ ਫਿਰ ਅੰਦਰ ਹੀ ਲੁਕ ਗਿਆ ਉਹਦੇ ਉੱਪਰ ਆਪਣਾ ਸਨ ਤਾਂ ਪਤਾ ਹੀ ਨਹੀਂ ਉੱਪਰ ਚੜ ਕੇ ਆਏ ਮੈਂ ਤਾਂ ਬਾਥਰੂਮ ਦੇ ਜਿੰਨਾਂ ਨਾਲ ਇਸ਼ਨਾਨ ਕਰਨ ਜਾਂਦਾ ਸੀਗਾ ਹਾਂ ਪਜਾਮਾ ਪਜਾਮਾ ਮੈਂ 80% ਹੈਂਡੀਕੈਪਟਾਂ ਦੇ ਇਹ ਆ ਦੇਖ ਮੈਨੇ ਇੱਥੇ ਤੱਕ ਮੈਨੂੰ ਸਿਪਿਆ ਮੇਰੇ ਲੱਤ ਲੱਗੀ ਹੋਈ ਹੈ ਮਤਲਬ ਨਹਾਉਣ ਗਿਆ ਹੋਇਆ ਸੀ ਨਹਾਉਣ ਜਾਂਦਾ ਸੀ ਮੈਨੇ ਭੁਗਤ ਜਾਣਾ ਸੀਗਾ ਮੈਨੂੰ ਹਾਂ ਗੱਲ ਬਸ ਠੀਕ ਹੈ अपने दूजे मेरे भरा ना सी उन्होंने मदद ਕਾਫੀ ਪੁਰਾਣਾ ਸੀ ਬਾਬਾ ਨਹੀਂ ਸੇ 7-8 ਸਾਲ ਦਾ ਬਾਬਾ ਸੀ ਤੇ ਕੋਈ ਬੈ ਕੇ ਗੱਲਬਾਤ ਨਹੀਂ ਤੋਂ ਥੋੜੇ ਨਾਲ ਕਰੀਬੀ ਹੈ ਕੀਤੀ ਕੁਤੀ ਪਰ ਨਹੀਂ ਹੋਈ ਨਹੀਂ ਰੌਲਾ ਕਿਸ ਗੱਲ ਦਾ ਦਿਨ ਲੱਗੀ ਜਮੀਨ ਸੀ ਦਿਲ ਪੇ ਕਨਾਲ ਉਹਦੇ ਪਿੱਛੇ ਰੋਲਾ ਪਿਆ ਅੱਛਾ
ਤੇ ਫਿਰ ਇਸ ਤੋਂ ਬਾਅਦ ਜਿਹੜਾ ਫਾਇਰ ਕੀਤਾ ਗਿਆ ਕਿੰਨੇ ਕੁ ਰਾਊਂਡ ਜਿਹੜੇ ਚੱਲੇ ਸੀ ਮੈਨੂੰ ਤਾਂ ਪਤਾ ਨਹੀਂ ਕਿੰਨੇ ਗੁਰਸ਼ਾਂਤ ਨੇ ਤੁਹਾਡੇ ਨਾਲ ਗੱਲ ਨਹੀਂ ਕੀਤੀ ਵੀ ਅੰਕ ਵੀ ਇਹਦਾ ਆਪਾਂ ਬੈਠ ਕੇ ਗੱਲ ਕਰ ਲਈ ਕੋਈ ਨਹੀਂ ਇਕੱਠ ਹੋਇਆ ਨਹੀਂ ਸਾਡਾ ਮੈਂ ਗੱਲਬਾਤ ਹੋਈ ਨਹੀਂ ਅਤੇ ਤੁਹਾਨੂੰ ਪਤਾ ਵੀ ਨਹੀਂ ਸੀ ਵੀ ਇੱਦਾਂ ਮੈਂ ਤਾਂ ਰਾਤ ਭਟਕ ਰਹਾ ਗਿਆ ਉਹਨਾਂ ਦੇ ਰਾਤ ਨੂੰ ਕੋਈ ਮਾਨਸਿਕ ਪਰੇਸ਼ਾਨੀ ਸੀ ਔਰ ਡਿਪਰੈਸ਼ਨ ਸੀ ਜਮੀਨ ਕੋਈ ਨਹੀਂ ਸੀ ਉਹ ਇੱਕ ਕਨਾਲ ਦਾ ਰੌਲਾ ਸੀ ਇੱਕ ਕਨਾਲ ਦਾ ਮੌਤ ਕਿੰਨਾ ਦੀ ਹੋ ਚੁੱਕੀ ਕੋਈ ਗੱਲਬਾਤ ਹੋ ਚੁੱਕੀ ਹੈ ਤੁਹਾਨੂੰ ਕਿਹਦੇ ਨਾਲ ਕਿਸੇ ਦੀ ਕੋਈ ਮੌਤ ਤਾਂ ਨਹੀਂ ਬੱਚੇ ਇੱਕ ਬੇਟੀ ਹੈ ਉਹਦੀ ਪਹਿਲਾਂ ਉਹ ਤਾਂ ਕੈਨੇਡਾ ਹੈ ਜੀ ਜਦੋਂ ਫਾਇਰਿੰਗ ਕਰ ਰਿਹਾ ਸੀ ਉਦੋਂ ਤੁਸੀਂ ਡਰ ਕੇ ਫਿਰ ਅੰਦਰ ਹੀ ਲੁਕ ਗਿਆ ਹਾਂ ਉਹਦੇ ਉੱਪਰ ਆਪਣਾ ਸਾਨੂੰ ਤਾਂ ਪਤਾ ਹੀ ਨਹੀਂ ਉੱਪਰ ਚੜ੍ਹ ਕੇ ਆਏ ਮੈਂ ਤਾਂ ਬਾਥਰੂਮ 'ਤੇ ਜਿੰਨਾ ਨਾਲ ਇਸ਼ਨਾਨ ਕਰਨ ਜਾਂਦਾ ਸੀਗਾ ਹਾਂ ਪਜਾਮਾ ਪਜਾਮਾ ਸੀ ਮੈਂ 80% ਹੈਂਡੀਕੈਪਟ ਹਾਂ ਦੇ ਇਹ ਆਹ ਦੇਖੋ ਮੈਂ ਮੈਨੂੰ ਲੱਤ ਲੱਗੀ ਹੋਈ ਹੈ ਮੈਂ ਤਾਂ ਨਹਾਉਣ ਗਿਆ ਹੋਇਆ ਸੀਗਾ ਨਹਾਉਣ ਜਾਂਦਾ ਸੀਗਾ ਮੈਂ ਭੁਗਤ ਜਾਣਾ ਸੀਗਾ ਮੈਨੂੰ ਹਾਂ ਗੱਲ ਬਸ ਠੀਕ ਹੈ ਪਰਿਵਾਰਿਕ ਮੈਂਬਰ